ਐਮਪੀ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਵੱਲੋਂ ਆਪਣੀ ਉਪਲਬਧੀਆਂ ਨੂੰ ਗਿਣਾਉਂਦੇ ਹੋਏ ਸ਼ਹਿਰ 'ਚ ਵੱਖ ਵੱਖ ਜਗ੍ਹਾ ਤੇ ਲਗਾਏ ਗਏ ਹੋਰਡਿੰਗਸ ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਲੋਕਾਂ ਦੇ ਸਾਹਮਣੇ ਰੱਖਣ ਤੋਂ ਪਰੇਸ਼ਾਨ ਹਨ। ਆਤਮਨਗਰ ਵਿਧਾਨ ਸਭਾ ਖੇਤਰ 'ਚ ਲੋਕਾਂ ਨੂੰ ਮਿਲਣ ਦੇ ਮੌਕੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਐਮਪੀ ਨੇ ਕਿਹਾ ਕਿ ਉਹਨਾਂ ਵੱਲੋਂ ਲੋਕ ਸਭਾ 'ਚ ਰਹਿਣ ਦੌਰਾਨ ਚੁੱਕੇ ਗਏ ਸਵਾਲਾਂ, ਸ਼ਹਿਰ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਦੇ ਅਤੇ ਹੋਰ ਵਿਸ਼ਿਆਂ ਨੂੰ ਲੈ ਕੇ ਆਪਣੀ ਰਿਪੋਰਟ ਕਾਰਡ ਦੇ ਰੂਪ 'ਚ ਹੋਰਡਿੰਗਸ ਸ਼ਹਿਰ 'ਚ ਵੱਖ ਵੱਖ ਥਾਵਾਂ ਤੇ ਲਗਾਏ ਗਏ ਨੇ। ਪਰ ਵਿਰੋਧੀ ਪਾਰਟੀਆਂ ਪਤਾ ਨਹੀਂ ਕਿਉਂ ਪਰੇਸ਼ਾਨ ਹੋ ਰਹੀਆਂ ਨੇ। ਦੇਖੋ, ਉਹ ਮੈਂ ਸਮਝਦਾ ਹਰ ਚੀਜ਼ ਜਿਹੜਾ 5 ਸਾਲ ਦੀ ਰਿਪੋਰਟ ਕਾਰਡ ਆ ਉਹ ਜ਼ਰੂਰ ਰੱਖਣਾ ਹੀ ਆ ਲੋਕਾਂ ਦੇ ਮੂਹਰੇ। ਹਰ ਚੀਜ਼ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆ। ਅਸੀਂ ਉਹਨਾਂ 'ਚੋਂ ਹੈ ਨਹੀਂ ਗੇ ਵੀ ਜਿਹੜਾ ਆਪਣਾ ਹਿਸਾਬ ਨਹੀਂ ਦੇਵਾਂਗੇ। ਅਸੀਂ ਹਰ ਚੀਜ਼ ਦਾ ਵੀ ਕਿੰਨੀ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਰਹੀ, ਕਿੰਨਾ ਪਾਰਲੀਮੈਂਟ 'ਚ ਬੋਲੇ, ਕਿੰਨੀ ਹਾਜ਼ਰੀ ਅਟੈਂਡੈਂਸ ਰਹੀ, ਕਿਹੜਾ ਪ੍ਰੋਜੈਕਟ ਪੰਜਾਬ ਵੱਲੋਂ, ਕਿਹੜਾ ਸੈਂਟਰ ਗੌਰਮੈਂਟ ਵੱਲੋਂ, ਕਿਹੜਾ ਐਮ ਪੀ ਲੈਂਡ ਦਾ ਪੈਸਾ। ਅੱਗੇ ਲੋਕ ਇਹੋ ਜਿਹੀਆਂ ਗੱਲਾਂ ਦੱਸਦੇ ਨਹੀਂ ਸੀ, ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ। ਹੁਣ ਪਾਈ ਪਾਈ ਦਾ ਹਿਸਾਬ ਆ ਜਿਹੜਾ ਉਹ ਲੋਕਾਂ ਦੇ ਮੂਹਰੇ ਰੱਖਿਆ ਹੈ, ਅਤੇ ਉਹ ਤਾਂ ਸਮਝਦੇ ਇਹ ਖੁਸ਼ ਹੋਣਾ ਚਾਹੀਦਾ ਇਸ ਗੱਲ ਨਾਲ ਵੀ ਭਾਈ ਜਿਹੜੀ ਜਿਹੜੀ ਇਕੱਲੀ ਇਕੱਲੀ ਗੱਲ ਆ ਜਿਹੜੀ ਉਹ ਲੋਕਾਂ ਮੂਹਰੇ ਅਸੀਂ ਰੱਖਤੀ, ਅਤੇ ਹੁਣ ਇਹ ਫੈਸਲਾ ਲੋਕਾਂ ਨੇ ਕਰਨਾ। ਓਪੋਜੀਸ਼ਨ ਪਾਰਟੀਆਂ ਉਹ ਆਪਣੀ ਉਹਨਾਂ ਦੀ ਰਾਏ ਹੋ ਸਕਦੀ, ਉਹ ਆਪਣਾ ਕਹਿ ਸਕਦੇ, ਅਸੀਂ ਥੋੜ੍ਹੀ ਰੋਕ ਸਕਦੇ ਉਹਨਾਂ ਨੂੰ। ਅਤੇ ਇਸ ਕਰਕੇ ਉਹਨਾਂ ਦਾ ਆਪਣੇ ਖਿਆਲ ਆ, ਤਾਂ ਸਾਡੀ ਆਪਣੀ ਸੋਚ ਆ ਵੀ ਅਸੀਂ ਹਰ ਚੀਜ਼ ਲੋਕਾਂ ਦੇ ਮੂਹਰੇ ਰੱਖਣੀ ਆ, ਉਹ ਲੋਕਾਂ ਦੇ ਮੂਹਰੇ ਰੱਖੀ। ਜਦਕਿ ਲਾਡੋਵਾਲ ਟੋਲ ਪਲਾਜ਼ਾ ਦੇ ਮਾਮਲੇ 'ਚ ਵਿਰੋਧੀਆਂ ਵੱਲੋਂ ਉਹਨਾਂ ਤੇ ਸਿਆਸਤ ਕਰਨ ਸੰਬੰਧੀ ਲਗਾਏ ਜਾ ਰਹੇ ਆਰੋਪਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਸ਼ਹਿਰ 'ਚ ਕਾਂਗਰਸ ਦੀ ਨਗਰ ਨਿਗਮ ਬਣਿਆ ਨੂੰ ਅਜੇ 1 ਸਾਲ ਹੋਇਆ ਹੈ, ਜਦਕਿ ਟੋਲ ਪਲਾਜ਼ਾ ਬੀਤੇ 4.5 ਸਾਲਾਂ ਤੋਂ ਲੋਕਾਂ ਤੋਂ ਵਸੂਲੀ ਕਰ ਰਿਹਾ ਹੈ, ਜਦਕਿ ਉਹਨਾਂ ਵੱਲੋਂ ਆਪਣਾ ਕੰਮ ਨਹੀਂ ਕੀਤਾ ਜਾ ਰਿਹਾ। ਓਪੋਜੀਸ਼ਨ ਪਾਰਟੀ ਦਾ ਢਿੱਡ ਕਿਉਂ ਦੁਖਦਾ, ਕਿਉਂ ਦਿਖ ਰਿਹਾ ਵੀ ਉਹ ਜਿਹੜਾ ਟੋਲ ਜਿਹੜਾ ਬੰਦ ਅਸੀਂ ਕੀਤਾ ਅਤੇ ਉਦੋਂ ਬਾਅਦ ਉਹ ਕੰਮ ਸ਼ੁਰੂ ਹੋ ਗਿਆ, ਇਸ ਗੱਲ ਦੀ ਉਹਨਾਂ ਨੂੰ ਤਕਲੀਫ ਆ? ਉਹ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਆ? ਇਹਦਾ ਮਤਲਬ ਉਹ ਕਿਤੇ ਨਾ ਕਿਤੇ ਉਹ ਕੰਮ ਨੂੰ ਰੋਕਣਾ ਚਾਹੁੰਦੇ ਸੀ, ਕਿਉਂ ਰੋਕਣਾ ਚਾਹੁੰਦੇ ਆ? ਦੂਜੀ ਗੱਲ, ਕਾਰਪੋਰੇਸ਼ਨ ਦੇ 4 ਸਾਲ ਤੋਂ ਤਾਂ ਉੱਤੇ ਦਾ ਸਮਾਂ ਪਿਆ ਹੈ, ਕਾਰਪੋਰੇਸ਼ਨ ਬਣੀ ਨੂੰ ਅਜੇ 1 ਸਾਲ ਹੋਇਆ, ਅਤੇ ਇਹ 5 ਸਾਲ ਜਿਹੜੇ ਆ ਇਹ ਮੋਦੀ ਸਰਕਾਰ ਦੇ 5 ਸਾਲ ਪੂਰੇ ਹੋ ਗਏ ਸੀ, ਤਾਂ ਇਹ ਕੰਮ ਅਸੀਂ ਸ਼ੁਰੂ ਵੀ ਆਹ ਪੂਰੇ 5 ਸਾਲ 'ਚ ਕੀਤਾ ਕੀ ਆ? ਕਾਰਪੋਰੇਸ਼ਨ ਤਾਂ ਬਣੇ ਨੂੰ 1 ਸਾਲ ਹੋਏ, ਅਤੇ ਜਿਹੜੇ ਅੱਗੇ 4 ਸਾਲ ਦਾ ਟਾਈਮ ਆ ਉਹਨਾਂ ਨੇ ਕੰਮ ਹੀ ਕਰਨਾ, ਅਤੇ ਜਿੱਦਣ 4 ਸਾਲ ਪੂਰੇ ਹੋ ਜਾਣਗੇ ਉਹਦਾ ਨਤੀਜਾ ਹੈ ਜਿਹੜਾ ਉਹ ਲੋਕ ਦੇ ਦੇਣਗੇ। ਜੇ ਕੰਮ ਕੀਤੇ ਹੋਣਗੇ ਲੋਕ ਵੋਟ ਪਾ ਦੇਣਗੇ, ਨਹੀਂ ਕੰਮ ਕੀਤੇ ਹੋਣਗੇ ਲੋਕ ਨਕਾਰ ਕੇ ਪਰੇ ਮਾਰਨਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।